ਸਤਿਕਾਲ ਜੀ, ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਤੇ। ਅੱਜ ਪਹੁੰਚੇ ਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਕੋਸਰਾ ਵਿਖੇ, ਜਿੱਥੇ ਬੀਤੇ ਦਿਨ ਇੱਕ ਨੌਜਵਾਨ ਨਰਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਅੱਜ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਮ੍ਰਿਤਕ ਦੇ ਜਿਹੜੀ ਆ ਘਰ ਕੈਂਡੀ ਦੇ ਵਿੱਚ ਰੱਖ ਲਈ ਹੈ, ਅਸੀਂ ਓਨੀ ਦੇਰ ਅੰਤਮ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਫੜ ਨਹੀਂ ਲੈਂਦਾ। ਅਤੇ ਉਹਨਾਂ ਕਿਹਾ ਕਿ ਪੁਲਿਸ ਦੇ ਕੰਨਾਂ ਦੇ ਵਿੱਚ ਇਹ ਗੱਲ ਪਾਈ ਗਈ ਹੈ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਤੁਸੀਂ ਫੜ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਇਸ ਮ੍ਰਿਤਕ ਦੇਹ ਦਾ ਸੰਸਕਾਰ ਨਹੀਂ ਕਰਾਂਗੇ। ਗੱਲ ਕਰਦਿਆਂ ਇੱਥੇ ਜੁੜੇ ਵੱਖ ਵੱਖ ਵਿਅਕਤੀਆਂ ਦੇ ਨਾਲ, ਜੋ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਜੁੜੇ ਹੋਏ ਨੇ, ਉਹਨਾਂ ਦੀ ਗੱਲ ਕਰਨੇ ਹਾਂ ਅਤੇ ਸੁਣਦੇ ਹਾਂ ਕਿ ਉਹ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਆ। ਨਰਿੰਦਰ ਸਿੰਘ ਨਕੋਸਰਾ ਦੇ ਕਤਲ ਸੰਬੰਧੀ ਆਪਾਂ ਕੀ ਗੱਲ ਕਰਨੀ ਚਾਹੁੰਦੇ ਹਾਂ ਅੱਜ? ਅਸੀਂ ਆਨੇ ਵੀ ਉਹਦੇ ਨਾਲ ਵਿਚਾਰੇ ਨਾਲ ਬਹੁਤ ਧੱਕਾ ਹੋਇਆ। ਮੈਂ ਪਿੰਡ ਨਕੋਸਰਾ ਉਦੋਂ ਪੰਚਾਇਤ ਮੈਂਬਰ ਮੰਗਲ ਸਿੰਘ ਵੋ ਜੀ ਜੀ ਹਾਂਜੀ, ਇਹਦੇ ਨਾਲ ਬਹੁਤ ਧੱਕਾ ਹੋਇਆ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਬਹੁਤ ਅੱਜ ਕਹਿ ਰਹੇ ਨੇ ਪਰਿਵਾਰਕ ਮੈਂਬਰ ਕਿ ਅੰਤਮ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਪੁਲਿਸ ਦੋਸ਼ੀਆਂ ਨੂੰ ਫੜ ਨਹੀਂ ਲੈਂਦੀ। ਤੁਸੀਂ ਕੀ ਕਹਿਣਾ ਚਾਹੁੰਦੇ? ਜਿੰਨਾ ਅਸੀਂ ਇਹ ਸਹਿਮਤ ਹਾਂ ਕਿ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਚਾਹੀਦਾ। ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਚੀਜ਼। ਬੀਤੇ ਦਿਨ ਪਿੰਡ ਨਕੋਸਰਾ ਵਿਖੇ ਨਰਿੰਦਰ ਸਿੰਘ ਦਾ ਜੋ ਕਤਲ ਹੋਇਆ, ਉਹਦੇ ਸੰਬੰਧ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਆਪਣੇ ਘਰ ਰੱਖਿਆ ਹੋਇਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਪੁਲਿਸ ਫੜ ਨਹੀਂ ਲੈਂਦੀ ਉਹਨਾਂ ਚਿਰ ਆਪਾਂ ਜਿਹੜਾ ਨਰਿੰਦਰ ਸਿੰਘ ਦੀ ਜਿਹੜੀ ਦੇਹ ਹੈ ਉਹਦਾ ਸੰਸਕਾਰ ਨਹੀਂ ਕਰਨਾ। ਇੱਥੇ ਸਾਏ ਵੱਖ ਵੱਖ ਲੋਕਾਂ ਸਮੇਤ ਸੁਖਜਿੰਦਰ ਸਿੰਘ ਜੀ ਸੋਨੂੰ ਲੰਗਾ ਪਹੁੰਚੇ ਨੇ, ਗੱਲ ਕਰਨੀ ਚਾਹਾਂਗੇ ਉਹਨਾਂ ਦੇ ਨਾਲ ਕਿ ਉਹ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ। ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਗੱਲ ਹੈ ਜੀ, ਕਿਸੇ ਵੀ ਇਨਸਾਨ ਦੀ ਜਾਨ ਜਾਣਾ ਬਹੁਤ ਮਾੜੀ ਗੱਲ ਹੈ। ਅਤੇ ਪੰਜਾਬ ਦੇ ਵਿੱਚ ਕੋਈ ਐਡੀ ਵੱਡਾ ਰੌਲਾ ਵੀ ਨਹੀਂ, ਛੋਟੀ ਜਿਹੀ ਵੱਟ ਬੰਨੇ ਦਾ ਰੌਲਾ ਹੁੰਦਾ ਹੈ। ਉਹਦੇ ਪਿੱਛੇ ਨਰਿੰਦਰ ਸਿੰਘ ਜੋ ਸਾਡੀ ਪਾਰਟੀ ਦਾ ਬਹੁਤ ਹੀ ਸਤਿਕਾਰਯੋਗ ਅਤੇ ਮਿਹਨਤੀ ਵਰਕਰ ਸੀਗਾ, ਉਹਦਾ ਪਰਸੋਂ ਕਤਲ ਕਰ ਦਿੱਤਾ ਗਿਆ ਕਈ ਦੇ ਨਾਲ। ਬਹੁਤ ਮਨ ਨੂੰ ਦੁੱਖ ਲੱਗਾ। ਅੱਜ ਅਸੀਂ ਆਏ ਹਾਂ, ਪਰਿਵਾਰ ਦੇ ਭਾਵਨਾਵਾਂ ਵੀ ਬੜੀਆਂ ਨੇ। ਪੁਲਿਸ ਵੀ ਆਪਣੀ ਕਾਰਵਾਈ ਦੇ ਵਿੱਚ ਲੱਗੀ ਹੈ, ਪਹਿਲਾਂ ਤਾਂ ਢਿੱਲੀ ਸੀਗੀ। ਜਦੋਂ ਦਾ ਪਰਿਵਾਰ ਨੇ ਸਖਤ ਸਟੈਪ ਲਿਆ ਕਿ ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ। ਉਹ ਇੱਕ ਬੰਦਾ ਹੌਸਪਿਟਲ ਤੋਂ ਇਹਨਾਂ ਅਰੈਸਟ ਕੀਤਾ ਅਤੇ ਹੁਣ ਬਾਕੀ ਥਾਵਾਂ 'ਤੇ ਵੀ ਰੇਡਾਂ ਕਰਨਗੇ। ਅਸੀਂ ਪਰਿਵਾਰ ਨੂੰ ਯਕੀਨ ਦਿਵਾਉਣ ਆਏ ਹਾਂ ਕਿ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਇਹ ਸਾਡਾ ਭਰਾ ਸੀਗਾ ਜਿਹੜਾ ਇਸ ਦੁਨੀਆ ਤੋਂ ਗਿਆ ਹੈ, ਅਤੇ ਉਹਦੇ ਇਨਸਾਫ ਵਾਸਤੇ ਅਸੀਂ ਅੱਗੇ ਵੀ ਲੜਾਈ ਲੜਾਂਗੇ। ਅਤੇ ਬਹੁਤ ਮਦਭਾਗੀ ਗੱਲ ਹੈ ਕਿ ਇਸ ਹਲਕੇ ਦੇ ਵਿੱਚ ਜ਼ੁਲਮ ਦਾ ਰਾਜ ਚੱਲ ਰਿਹਾ ਹੈ। ਇਹ ਚੌਥਾ ਪੰਜਵਾਂ ਕਤਲ ਅਕਾਲੀ ਦਲ ਦੇ ਵਰਕਰ ਦਾ ਹੋ ਗਿਆ ਹੈ। ਪਹਿਲੋਂ ਦਲਬੀਰ ਸਿੰਘ ਢਿੱਲਵਾਂ, ਉਸ ਤੋਂ ਬਾਅਦ ਦੋ ਭਰਾਵਾਂ ਨੇ ਆਪਸ ਵਿੱਚ ਇਹੋ ਜਿਹੀ ਰੰਜਿਸ਼ ਦੇ ਤਹਿਤ ਇੱਕ ਦੂਜੇ ਨੂੰ ਕਤਲ ਕਰਤਾ ਇਸੇ ਹੀ ਸਾਲ ਜਨਵਰੀ ਮਹੀਨੇ 'ਚ, ਅਤੇ ਹੁਣ ਇਹ ਇਸ ਤੋਂ ਪਹਿਲੋਂ ਆ ਪੱਡੇ ਪਿੰਡ ਦੇ ਵਿੱਚ ਕਤਲ ਹੋ ਗਿਆ। ਮਤਲਬ ਇਹ ਚੌਥਾ ਪੰਜਵਾਂ ਕਤਲ ਇਸ ਹਲਕੇ ਦੇ ਵਿੱਚ ਅਕਾਲੀ ਵਰਕਰ ਦਾ ਹੋ ਗਿਆ। ਅਤੇ ਪਤਾ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈ ਅਤੇ ਜਾਂ ਮੰਤਰੀ ਨੇ ਇਸ ਹਲਕੇ ਦਾ ਜੋ ਵਜ਼ੀਰ ਹੈ ਉਹਨੇ ਵਰਕਰਾਂ ਨੂੰ ਹੀ ਕਾਂਗਰਸ ਦਿਆਂ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਹੈ ਕਿ ਅਕਾਲੀ ਦਲ ਵਾਲਿਆਂ ਨੂੰ ਮਾਰ ਦਿਉ, ਭਾਵੇਂ ਉਹਨਾਂ ਦਾ ਕਤਲ ਕਰ ਦਿਉ, ਮੈਂ ਕੁਛ ਨਹੀਂ ਹੋਣ ਦਿੰਦਾ। ਲੇਕਿਨ ਇਹ ਗੱਲ ਮੈਂ ਕਹਿਣਾ ਚਾਹੁੰਦਾ ਕੈਮਰੇ 'ਤੇ ਕਿ ਇਹ ਭੁਲੇਖਾ ਕੱਢਦੇ, ਜਿੱਦਣ ਸਰਕਾਰ ਆਏਗੀ ਚੁੱਕ ਚੁੱਕ ਜੇਲ੍ਹਾਂ 'ਚ ਦੇਵਾਂਗੇ ਜਿਹੜੇ ਸਾਡੇ ਵਰਕਰਾਂ ਦੇ ਨਾਲ ਇੱਦਾਂ ਦੀਆਂ ਵਧੀਕੀਆਂ ਕਰਨਗੇ, ਭਾਵੇਂ ਉਹ ਕਤਲ ਕਿਸੇ ਦਾ ਕੀਤਾ ਹੈ ਅਤੇ ਭਾਵੇਂ ਕਿਸੇ ਨਾਲ ਵਧੀਕੀ ਕੀਤੀ ਹੈ। ਜਿਵੇਂ ਆਪ ਜੀ ਨੇ ਦੱਸਿਆ ਕਿ ਪਿੰਡ ਨਕੋਸਰਾ ਦੇ ਨੌਜਵਾਨ ਦਾ ਬੀਤੇ ਦਿਨ ਕਤਲ ਹੋ ਗਿਆ ਸੀ, ਨਰਿੰਦਰ ਸਿੰਘ ਨੌਜਵਾਨ ਜਿਹੜਾ ਹੈ ਉਹਨੂੰ ਮਾਰਿਆ ਗਿਆ ਸੀ, ਉਸ ਦੇ ਸੰਬੰਧ ਵਿੱਚ ਅੱਜ ਪਰਿਵਾਰਕ ਮੈਂਬਰਾਂ ਨੇ ਉਸ ਦੀ ਜਿਹੜੀ ਡੈੱਡ ਬੋਡੀ ਹੈ ਉਹ ਘਰ ਰੱਖੀ ਹੋਈ ਹੈ। ਅਤੇ ਉਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਫੜ ਨਹੀਂ ਲੈਂਦੀ ਉਹਨਾਂ ਚਿਰ ਆਪਾਂ ਇਹ ਤਾਂ ਅੰਤਮ ਸੰਸਕਾਰ ਨਹੀਂ ਕਰਾਂਗੇ। ਅਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਕਿ ਅੱਜ ਪੁਲਿਸ ਘਰ ਫੇਰੇ ਮਾਰ ਰਹੀ ਹੈ, ਇੱਧਰ ਉੱਧਰ ਜਾ ਰਹੀ ਹੈ, ਪਰ ਦੋਸ਼ੀ ਫੜੇ ਨਹੀਂ ਗਏ। ਫਿਰ ਵੀ ਉਹਨਾਂ ਦਾ ਇਹ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਜਿੰਨਾ ਚਿਰ ਦੋਸ਼ੀਆਂ ਨੂੰ ਫੜ ਨਹੀਂ ਲੈਂਦਾ ਉਹਨਾਂ ਚਿਰ ਅਸੀਂ ਉਸਦਾ ਅੰਤਮ ਸੰਸਕਾਰ ਕਈ ਨਹੀਂ ਕਰਾਂਗੇ। ਹੁਣ ਦੇਖਦੇ ਹਾਂ ਕਿ ਇਹਨਾਂ ਵੱਲ ਵੇਖ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਕਿਸ ਹਰਕਤ ਵਿੱਚ ਆਉਂਦਾ ਹੈ, ਕਿਵੇਂ ਦੋਸ਼ੀਆਂ ਨੂੰ ਫੜਿਆ ਜਾਂਦਾ ਹੈ। ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਅਜੀਤ ਵੈਬ ਟੀਵੀ, ਡੇਰਾ ਬਾਬਾ ਨਾਨਕ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।